ਸਤਿਕਾਰਯੋਗ ਮਿਊਂਸਪੈਲਟੀ ਦੇ ਸਾਬਕਾ ਪ੍ਰਧਾਨ ਤੁਸੀਂ ਵੀ ਸਾਰਿਆਂ ਦੇ ਨਾਲ ਹੀ ਚੱਲਣਾ, ਸਾਰਿਆਂ ਦਾ ਧੰਨਵਾਦ। ਤੁਰੋ ਜੀ ਤੁਰੋ। ਸਾਰੀ ਸੰਗਤ ਨੂੰ ਬੇਨਤੀ ਹੈ ਕਿਰਪਾ ਕਰਕੇ ਨੌਜਵਾਨ ਸਾਥੀਆਂ ਨੂੰ ਕਿਰਪਾ ਕਰਕੇ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਇੱਕ ਰੋਡ ਸ਼ੋਅ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ। ਹਵਾ ਚੱਲ ਰਹੀ ਹੈ ਅਤੇ ਅੱਜ ਇਹ ਸੰਗਰੂਰ ਸੀਟ ਜਿੱਤ ਦੇ ਵੱਲ ਵੱਧ ਰਹੀ ਹੈ ਅਤੇ 1 ਜੂਨ ਨੂੰ ਵੋਟਾਂ ਪਾਉਣਗੇ ਲੋਕ ਅਤੇ ਸੰਗਤ ਦਾ ਜਿਹੜਾ ਭਰਮਾ ਹੁੰਗਾਰਾ ਮਿਲ ਰਿਹਾ। 4 ਜੂਨ ਨੂੰ ਜੋ ਨਤੀਜੇ ਆਉਣਗੇ ਤੁਸੀਂ ਆਪ ਕਹਿਣਗੇ ਅਤੇ ਵਿਰੋਧੀਆਂ ਦੇ ਮੂੰਹ 'ਤੇ ਜਿਹੜੀ ਟੇਪ ਲੱਗੂਗੀ, ਜਿਹੜੇ ਕਹਿੰਦੇ ਸੀ ਅਕਾਲੀ ਦਲ ਕਿੱਥੇ ਗਿਆ, ਅਕਾਲੀ ਦਲ ਚੜ੍ਹਦੀ ਕਲਾ ਜਾ ਭਰਾਵੋ। ਅਤੇ ਅੱਜ ਨੌਜਵਾਨ ਸਾਥੀਆਂ ਦਾ, ਬੀਬੀਆਂ ਦਾ, ਦੁਕਾਨਦਾਰਾਂ ਦਾ, ਭਰਾਵਾਂ ਦਾ, ਕਿਹਦਾ ਕਹੀਏ, ਸਭ ਦਾ ਪੂਰਨ ਸਹਿਯੋਗ ਮਿਲ ਰਿਹਾ। ਪਰ ਸਰਕਾਰ ਜਿਹੜੀ ਆ ਪੂਰਾ ਜ਼ੋਰ ਲਾ ਰਹੀ ਹੈ ਕਿ ਸਾਡੇ ਰੋਡ ਸ਼ੋਅ ਨੂੰ ਖਰਾਬ ਕੀਤਾ ਜਾਵੇ। ਝੰਡੀਆਂ ਲੱਗੀਆਂ ਹੋਈਆਂ ਉਤਾਰੀਆਂ ਗਏ ਨੇ ਮਾਰਕੀਟ ਕਮੇਟੀ। ਬੜੀ ਹੈਰਾਨੀ ਦੀ ਗੱਲ ਹੈ ਕਿ ਸਿਮਰਨਜੀਤ ਸਿੰਘ ਮਾਨ ਦਾ ਰੋਡ ਸ਼ੋਅ ਹੋਇਆ, ਅਮੀਤ ਹੇਰ ਦਾ ਹੋਇਆ, ਕਿਸੇ ਦੀ ਇੱਕ ਝੰਡੀ ਨਹੀਂ ਲਈ। ਅਕਾਲੀ ਦਲ ਤੋਂ ਇੰਨੀ ਘਬਰਾਹਟ ਯਾਰ, ਤੁਹਾਨੂੰ ਵੀ ਤੁਸੀਂ ਝੰਡੀਆਂ ਲਾਉਣ 'ਤੇ ਆ ਗਏ, ਸਵੇਰੇ ਝੰਡੀਆਂ ਲਾਈਆਂ, 15 ਮਿੰਟਾਂ ਬਾਅਦ ਸਾਡੀਆਂ ਝੰਡੀਆਂ ਕੱਟ ਕੇ ਸਿੱਟਤੀਆਂ। ਦੂਜੀ ਗੱਲ, ਜਿਹੜੇ ਮਾਨ ਸਾਹਿਬ ਸਿੱਧੂ ਮੂਸੇਵਾਲੇ ਦੀ ਅਤੇ ਦੀਪ ਸਿੱਧੂ ਦੀ ਫੋਟੋ ਲਾ ਕੇ ਵੋਟਾਂ ਮੰਗਦੇ ਰਹੇ ਨੇ, ਜਿਹੜੇ ਕਹਿੰਦੇ ਹੁਣ ਕਹਿੰਦੇ ਮੈਂ ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲੇ ਕਰਕੇ ਨਹੀਂ ਜਿੱਤਿਆ, ਆਪਦੇ ਕਰਕੇ ਜਿੱਤਿਆ, ਫਿਰ ਪੋਸਟਰਾਂ ਦੇ ਫੋਟੋਆਂ ਫਿਰ ਕਿਉਂ ਲਾਈਆਂ? 84 ਦੀਆਂ ਫੋਟੋਆਂ ਸੀ ਕਿ ਲਾਉਣਾ ਤਾਂ ਦੁਨੀਆ ਲਾਉਂਦੀ ਹੈ। ਦਿਲਾਂ 'ਚ ਵੱਸਦਾ ਦਰਦ, ਦਿਲਾਂ 'ਚ ਵੱਸਦਾ ਜਿਹੜਾ 84 ਕਦੇ ਨਹੀਂ ਭੁੱਲਣੀ। 1 ਜੂਨ ਤੋਂ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ 1 ਜੂਨ ਤੋਂ ਲੈ ਕੇ ਜਿਹੜੀ 84 ਸ਼ੁਰੂ ਹੋਈ ਕਾਂਗਰਸ ਨੇ, ਉਹ ਕਾਂਗਰਸ ਨੂੰ ਯਾਦ ਰੱਖੋ ਵੀਰੋ, 84 ਯਾਦ ਰੱਖਣਾ ਜਿਹੜੇ ਗੱਲ, ਕਿਉਂਕਿ ਅੱਜ ਤੱਕ ਉਹਦਾ ਇਨਸਾਫ ਨਹੀਂ ਮਿਲਿਆ, ਇਸ ਕਰਕੇ ਉਹਦਾ ਇਨਸਾਫ ਲੈਣ ਵਾਸਤੇ ਜੀ ਮਲੇਰਕੋਟਲਾ ਹਲਕਾ ਦੀ ਸੰਗਤ ਔਰ ਫਿਰ ਧੂਰੀ ਸੰਗਰੂਰ, ਬਹੁਤ ਵੱਡੀ ਗਿਣਤੀ ਵਿੱਚ ਸੰਗਤ ਦਾ ਸਹਿਯੋਗ ਆ ਜਿਹੜਾ ਮਿਲ ਰਿਹਾ, ਔਰ ਰੋਡ ਸ਼ੋਅ ਇੱਕ ਬੇਮਿਸਾਲ ਰੋਡ ਸ਼ੋਅ ਸਾਬਤ ਹੋ ਰਿਹਾ। ਫਿਰ ਵੀ ਕਿਤੇ ਨਾ ਕਿਤੇ ਪ੍ਰਸ਼ਾਸਨਿਕ ਤੌਰ 'ਤੇ ਅੜਕੇ ਵੀ ਲਾਏ ਜਾ ਰਹੇ ਨੇ, ਰੋਡ ਸ਼ੋਅ ਨੂੰ ਤੋੜਨ ਦਾ ਯਤਨ ਵੀ ਕੀਤਾ ਜਾ ਰਿਹਾ, ਪਰ ਫਿਰ ਵੀ ਸੰਗਤ ਆ ਜਿਹੜੀ ਬਹੁਤ ਵੱਡੇ ਭਾਰੀ ਉਤਸ਼ਾਹ ਨਾਲ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ ਹੈ। ਔਰ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਵਿੱਚ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ। ਉਹਦਾ ਕਾਰਨ ਹੈ ਕਿ ਸਰਕਾਰ ਦੀਆਂ ਝੂਠੀਆਂ ਗਰੰਟੀਆਂ, ਸਰਕਾਰ ਦੇ ਵਾਅਦਾ ਖਿਲਾਫੀ ਦੇ ਖਿਲਾਫ, ਕਾਂਗਰਸ ਦੀਆਂ ਕੀਤੀਆਂ ਵਧੀਕੀਆਂ ਔਰ ਬੀਜੇਪੀ ਦੇ ਕੀਤੇ ਵਿਤਕਰਿਆਂ ਦੇ ਖਿਲਾਫ ਲੋਕ ਆਪਣੀ ਮਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਏ ਨੇ, ਔਰ ਸਾਨੂੰ ਪੂਰਨ ਆਸ ਹੈ ਕਿ ਸੀਟ ਸ਼੍ਰੋਮਣੀ ਅਕਾਲੀ ਦਲ ਜਿੱਤ ਕੇ ਪਾਰਟੀ ਦੀ ਝੋਲੀ ਪਾਏ। ਸਿਆਸੀ ਗਰਮੀ ਦੇ ਨਾਲ ਨਾਲ ਮੌਸਮੀ ਗਰਮੀ ਵੀ ਬਹੁਤ ਰੁੱਖ ਦਿਖਾ ਰਹੀ ਹੈ, ਕੀ ਕਹੋਗੇ 1 ਜੂਨ ਨੂੰ ਕੀ ਹਾਲਾਤ ਰਹਿਣਗੇ? ਦੇਖੋ, ਗਰਮੀ ਤਾਂ ਹੈ, ਪਰ ਹੁਣ ਜੋ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਕੀਤਾ ਉਹਦੇ ਅਨੁਸਾਰ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਪੋਲਿੰਗ ਹੋਵੇ। ਜੇ ਕਿਤੇ ਪਹਿਲਾਂ ਹੋ ਜਾਂਦੀ 15 ਮਈ ਨੂੰ, ਸ਼ਾਇਦ ਉਦੋਂ ਬਿਹਤਰ ਹੁੰਦਾ। ਢੀਂਡਸਾ ਪਰਿਵਾਰ ਚੁੱਪਾ, ਹਜੇ ਤੱਕ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ? ਗੱਲਬਾਤ 2-3 ਵਾਰੀ ਹੋਈ ਹੈ, ਬਾਕੀ ਉਹਨਾਂ ਨੇ ਕੀ ਕਰਨਾ ਇਹ ਸਵਾਲ ਉਹਨਾਂ ਨੂੰ ਪੁੱਛ ਲਿਓ। ਫਿਰ ਵੀ ਕਿਸ ਤਰੀਕੇ ਨਾਲ ਦੇਖਦੇ ਹੋ ਮੁਕਾਬਲਾ, ਕਿਸ ਤਰ੍ਹਾਂ ਦੇਖਦੇ ਹੋ ਸੰਗਰੂਰ ਦੇ? ਅਸੀਂ ਇਹ ਸਮਝਦੇ ਹਾਂ ਕਿ ਜਿਹਦਾ ਵੀ ਹੋਊਗਾ ਮੁਕਾਬਲਾ ਅਕਾਲੀ ਦਲ ਨਾਲ ਹੋਊ, ਬਾਕੀ ਦੂਜੇ ਤੀਜੇ ਨੰਬਰ ਦੀ ਲੜਾਈ ਹੋਊਗੀ ਸਰ। ਫਿਰ ਵੀ ਕਿਹੜੇ ਮੁੱਦੇ ਲੈ ਕੇ ਚੱਲੋਗੇ, ਕਿਉਂਕਿ ਪੰਥ ਦੀ ਅਗਰ ਗੱਲ ਹੁੰਦੀ ਹੈ ਤਾਂ ਪੰਥ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਵੀ ਲਗਾਤਾਰ ਬਿਆਨ ਦੇ ਰਹੇ ਨੇ।
ਉਹ ਗੱਲਾਂ ਹੀ ਪੰਥ ਦੀਆਂ ਕਰਦੇ ਨੇ। ਜਿਹੜਾ ਏਜੰਡਾ ਉਹਨਾਂ ਦਾ, ਉਹ ਇੱਕ ਤਾਂ ਦੇਸ਼ ਵਿਰੋਧੀ ਗੱਲਾਂ ਕਰਨੀਆਂ, ਉਹ ਸਿੱਖ ਕੌਮ ਨੂੰ ਨਾ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ, ਉਹ ਨਾ ਲੋਕਾਂ ਨੂੰ ਚੰਗਾ ਲੱਗਦਾ। ਸੋ ਇਸ ਕਰਕੇ ਵਿਚਾਰਧਾਰਾ ਉਹਨਾਂ ਦੀ, ਉਹਨਾਂ ਨੂੰ ਮੁਬਾਰਕ। ਪਰ ਲੋਕ ਦੇਸ਼ ਦੇ ਢਾਂਚੇ 'ਚ ਰਹਿ ਕੇ ਆਪਦੇ ਮਸਲੇ ਹੱਲ ਕਰਨੇ ਚਾਹੁੰਦੇ ਨੇ। ਅਸੀਂ ਉਹ ਲੜਾਈ ਲੜਦੇ ਹਾਂ ਔਰ ਉਹ ਲੜਾਈ ਦੇਸ਼ 'ਚ ਲੜਦੇ ਰਹਾਂਗੇ ਜਿੰਨਾ ਚਿਰ ਤੱਕ ਪੰਜਾਬ ਔਰ ਪੰਥ ਦੇ ਮਸਲੇ ਹੱਲ ਨਹੀਂ ਹੁੰਦੇ। ਪਰ ਅਸੀਂ ਕਿਸੇ ਦੇਸ਼ ਵਿਰੋਧੀ ਕਾਰਵਾਈ ਸ਼ਾਮਿਲ ਨਹੀਂ ਹਾਂ। ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਔਰ ਪੰਥ ਦੇ ਹੱਕਾਂ ਦੀ ਪਹਿਰੇ ਲਈ ਲੜਦਾ ਰਿਹਾ, ਪਰੰਤੂ ਦੇਸ਼ ਦੇ ਸੰਵਿਧਾਨ 'ਚ ਰਹਿ ਕੇ ਅਸੀਂ ਆਪਦੇ ਹੱਕ ਨੇ ਜਿਹੜੇ ਹਾਸਲ ਕਰਨੇ ਨੇ। ਸਿੱਧੂ ਮੂਸੇਵਾਲਾ ਦੇ ਪਿਤਾ ਜੀ ਕਾਂਗਰਸ ਦਾ ਸਮਰਥਨ ਕਰ ਰਹੇ ਨੇ, ਸਿਮਰਨਜੀਤ ਸਿੰਘ ਮਾਨ ਕਹਿੰਦੇ ਮੇਰੇ ਨਾਲ ਧੋਖਾ ਹੋਇਆ। ਧੋਖੇ ਦੀ ਗੱਲ ਤਾਂ ਨਹੀਂ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਜੋ ਪੰਜਾਬ ਦਾ ਇਕੱਲਾ ਗਾਇਕ ਨਹੀਂ ਸੀ, ਉਹ ਇੱਕ ਵਿਚਾਰਧਾਰਾ ਸੀ ਪੰਜਾਬ ਦੀ। ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਿੱਧੂ ਮੂਸੇਵਾਲੇ ਨੂੰ ਛੋਟਾ ਨਾ ਕਰੋ। ਉਹ ਇੱਕ ਬਹੁਤ ਵੱਡਾ ਪੰਜਾਬ ਦਾ ਰੋਲ ਮਾਡਲ ਹੋਇਆ, ਉਹਨੂੰ ਆਪਾਂ ਕਾਂਗਰਸ ਜਾਂ ਪਾਰਟੀਆਂ ਦੇ ਬੰਧਨਾਂ 'ਚ ਨਾ ਮੰਨੀਏ। ਸੋ ਇਸ ਚੀਜ਼ ਦਾ ਮੈਂ ਸਮਝਦਾ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ। ਵੈਸੇ ਉਹਨਾਂ ਦਾ ਆਪਦੀ ਮਰਜ਼ੀ ਹੈ, ਪਰ ਅਸੀਂ ਸਿੱਧੂ ਮੂਸੇਵਾਲੇ ਦਾ ਸਾਰਾ ਪੰਜਾਬ ਸਤਿਕਾਰ ਕਰਦਾ, ਅਸੀਂ ਆਪ ਵੀ ਉਹਨੂੰ ਰੋਲ ਮਾਡਲ ਮੰਨਦੇ ਹਾਂ ਪੰਜਾਬ ਲਈ। ਸੋ ਇਸ ਕਰਕੇ ਉਹ ਸਾਰਿਆਂ ਦਾ ਸੀ, ਸਾਰੇ ਪੰਜਾਬ ਦਾ ਸੀ, ਪੰਥ ਦਾ ਸੀ, ਸਾਰਿਆਂ ਲਈ ਸਤਿਕਾਰਯੋਗ ਸੀ।